ਸੋਨੂੰ ਅੰਤ ਮੈਂ ਉਹ ਸੱਤ ਪਹਿਲਾਂ ਤੁਹਾਡੇ ਸਨਮੁਖ ਕੀਤੀ ਜਾਏਗੀ। ਉਸ ਤੋਂ ਬਾਅਦ ਜਨਾਬ ਬਰਕਤ ਸਾਹਿਬ ਆਪਣੇ ਸੂਫੀਆਨਾ ਕਲਾਮਾਂ ਨਾਲ ਤੁਹਾਡੇ ਹਾਜ਼ਰੀ ਤਣਗੇ। ਸੋ ਮੰਚ ਤੇ ਤੁਹਾਡੀਆਂ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਜੀ ਉਸਤਾਦ ਜਨਾਬ ਪਾਲੇ ਰਾਮ ਜੀ, ਔਰ ਗੁਜ਼ਾਰਿਸ਼ ਕਰਾਂਗਾ ਪਲੀਜ਼ ਸਟੇਜ ਤੇ ਆਓ ਜੀ। ਠੀਕ ਹੈ ਜੀ, ਉਹਨਾਂ ਤੋਂ ਬਾਅਦ ਹਰੀਸ਼ ਮਣੀ ਜੀ, ਅੱਛਾ ਨਾਲ ਆਉਣ ਜੀ। ਠੀਕ ਹੈ ਜੀ, ਆ ਜਾਓ ਸਰਕਾਰ ਤੁਸੀਂ। ਹਰੀਸ਼ ਮਣੀ ਜੀ ਉਹਨਾਂ ਨੇ ਨਾਲ ਨਿਗਮੇ ਦੀ ਸੰਗਤ ਕਰਨੀ ਹੈ। ਕੋਈ ਹਰੀਸ਼ ਮਣੀ ਜੀ ਆ ਜਾ ਸਟੇਜ ਪਲੀਜ਼। ਉਹਨਾਂ ਦੀ ਯਾਦ ਵਿੱਚ 5-10 ਮਿੰਟ ਦੀ ਮੈਂ ਹਾਜ਼ਰੀ ਆਪਣੇ ਪਰਿਵਾਰ ਦੇ ਵਿੱਚ। Thank you.
Thank you.
Thank you.